ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ 2 ਜੂਨ ਕੱਲ੍ਹ ਜਿਹੜੀ ਇੰਗਲਿਸ਼ ਦੀ ਟ੍ਰਿਬਿਊਨ ਅਖਬਾਰ ਦੇ ਵਿੱਚ ਖਬਰ ਛੱਪੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਬਾਦਲ ਨੇ ਜਿਹੜਾ 7 ਜੂਨ 2007 ਦੇ ਵਿੱਚ ਰਾਮ ਰਹੀਮ ਨੇ ਜਿਹੜੇ ਦਸਮ ਪਾਤਸ਼ਾਹ ਦੀ ਨਕਲ ਕਰਕੇ ਆਪਣੇ ਬੰਦਿਆਂ ਨੂੰ ਅੰਮ੍ਰਿਤ ਛਕਾਉਣ ਵਾਲੀ ਨਕਲ ਮਾਰੀ ਸੀ, ਜਿਹਦੇ ਵਿੱਚ ਸਿੱਖ ਕੌਮ 'ਚ ਬੜਾ ਵਾਦ ਉੱਠਿਆ ਸੀ ਔਰ ਬੜਾ ਵਿਰੋਧ ਹੋਇਆ ਸੀ। ਉਸ ਦੇ ਵਿੱਚ ਜਿਹੜਾ ਉਹਦੇ 'ਤੇ ਕੇਸ ਦਰਜ ਹੋਇਆ ਸੀ, ਉੱਥੇ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ, ਉਹਦੇ ਦਾਸ ਵੀ ਹਾਜ਼ਰ ਸੀ ਔਰ ਬੜੀ ਮੁਸ਼ਕਲ ਨਾਲ ਸੰਗਤਾਂ ਦੇ ਗੁੱਸੇ ਨੂੰ ਠੱਲ ਪਾਈ ਗਈ ਸੀ ਔਰ ਮੈਨੂੰ ਉਹ ਸਾਰਾ ਨਜ਼ਾਰਾ ਮੇਰੀਆਂ ਅੱਖਾਂ ਦੇ ਸਾਹਮਣੇ ਗੁਜ਼ਰ ਰਿਹਾ ਹੈ ਔਰ ਸ਼ਾਇਦ ਉਸ ਦਿਨ ਬਹੁਤ ਕੁਝ ਹੋ ਜਾਣਾ ਸੀ, ਪਰ ਬਾਦਲ ਦੀ ਸਰਕਾਰ ਨੇ ਇੱਕ ਬੜੀ ਚਲਾਕੀ ਨਾਲ ਸਿੰਘਾਂ ਦੇ ਜੋਸ਼ ਨੂੰ ਬਿਲਕੁਲ ਖਤਮ ਕਰਨ ਦੀ ਗੱਲ ਕੀਤੀ, ਗ੍ਰਿਫਤਾਰੀਆਂ ਕੀਤੀਆਂ, ਰੋਕਿਆ ਔਰ ਜਿਹਦੇ ਵਿੱਚ ਕੁਝ ਹੱਥ ਦਮਦਮੀ ਟਕਸਾਲ ਦੇ ਮੁਖੀਆਂ ਦਾ ਵੀ ਰਿਹਾ। ਪਰ ਮੈਂ ਅੱਜ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਅੱਜ ਜਿਹੜੀ ਰਿਪੋਰਟ ਹੈਗੀ ਟ੍ਰਿਬਿਊਨ ਦੀ, ਉਹਦੇ ਮੁਤਾਬਕ ਚੋਣਾਂ ਤੋਂ ਪਹਿਲਾਂ 2012 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਜਿਹੜਾ 295A ਦਾ ਮੁਕੱਦਮਾ ਰਾਮ ਰਹੀਮ 'ਤੇ ਜਾਂ ਸੌਦਾ 7 'ਤੇ ਕੀਤਾ ਸੀ, ਉਹ ਉਹਨਾਂ ਨੇ ਇਲੈਕਸ਼ਨਾਂ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੀਆਂ ਵੋਟਾਂ ਲੈਣ ਦੀ ਖਾਤਰ ਉਹ ਮੁਕੱਦਮੇ ਉਹਨਾਂ ਨੇ ਵਾਪਸ ਲੈ ਲਏ। ਇਸ ਗੱਲ ਦਾ ਖੁਲਾਸਾ ਕੱਲ੍ਹ ਦੀ ਟ੍ਰਿਬਿਊਨ ਅਖਬਾਰ ਨੇ ਕੀਤਾ, ਜਿਹਦੀ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਇਸ ਗੱਲ ਦਾ ਪਤਾ ਸਾਨੂੰ ਨਹੀਂ ਪਤਾ ਲੱਗਾ, ਇਸ ਤਰ੍ਹਾਂ ਚੁੱਪ ਚੁਪੀਤੇ ਕੰਮ ਹੋਇਆ ਕਿਉਂਕਿ ਉਸ ਤੋਂ ਬਾਅਦ 5 ਸਾਲ ਇਹਨਾਂ ਦੀ ਸਰਕਾਰ ਰਹੀ। ਹੁਣ ਜਿਹੜੀ SIT ਬੈਠੀ ਹੈ ਉਹਦੀ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਇਹ ਜਿਹੜਾ 2007 ਦਾ ਕੇਸ ਸੀ, 2012 ਦੇ ਵਿੱਚ ਉਹਨਾਂ ਨੇ ਵਾਪਸ ਲੈ ਲਿਆ ਡੇਰਾ ਸਾਧ ਦੀਆਂ ਵੋਟਾਂ ਲੈਣ ਦੀ ਖਾਤਰ। ਇਸ ਤੋਂ ਵੱਡੀ ਗਦਾਰੀ ਕੌਮ ਦੇ ਨਾਲ ਸਿੱਖ ਗੁਰੂ ਸਾਹਿਬਾਨ ਨਾਲ ਨਹੀਂ ਹੋ ਸਕਦੀ। ਔਰ 2017 ਦੀਆਂ ਜਦ ਉਸਨੇ ਰਾਮ ਰਹੀਮ ਨੇ ਇਹ ਗੱਲ ਮੰਨ ਲਈ ਕਿ ਇਹ ਤਾਂ ਆਪਣੇ ਗੁਰੂ ਦੇ ਖਿਲਾਫ ਜਿਹੜੀ ਮੈਂ ਇੱਕ ਵਰਤੋਂ ਕੀਤੀ ਸੀ ਅਤੀ ਨਿੰਦਣੀ ਹੈ, ਉਸ ਦੇ ਵਾਸਤੇ ਵੀ ਸਾਡੇ ਤੋਂ ਕੇਸ ਵਾਪਸ ਲੈ ਲੈਣ, ਤਾਂ ਹੁਣ ਤਾਂ ਅਸੀਂ ਇਹਨਾਂ ਕੋਲੋਂ ਹੋਰ ਵੀ ਗੱਲਾਂ ਮਨਾ ਸਕਦੇ ਹਾਂ ਵੋਟਾਂ ਦੀ ਖਾਤਰ। ਇਹ ਸਾਬਤ ਕਰਦਾ ਹੈ ਕਿ ਉਸਨੇ ਇਸ ਗੱਲ ਦਾ ਫਾਇਦਾ ਉਠਾ ਕੇ ਬਾਦਲਾਂ ਨੂੰ ਕਿਹਾ ਕਿ ਅੱਗੋਂ ਮੇਰੀਆਂ ਵੋਟਾਂ ਲੈਣੀਆਂ ਹਨ, ਤਾਂ ਸਿੱਖਾਂ ਦੇ ਗੁਰੂ ਦਾ ਰੱਜ ਕੇ ਬੇਅਦਬੀ ਕਰੋ ਔਰ ਬੇਅਦਬੀ ਕਰਨ ਤੋਂ ਬਾਅਦ ਪੀਸਫੁੱਲ ਸਿੱਖਾਂ ਦੇ ਧਰਨੇ ਦੇ ਉੱਤੇ ਗੋਲੀਆਂ ਚਲਾਓ, ਉਹਨਾਂ ਨੂੰ ਸ਼ਹੀਦ ਕਰੋ, ਉਹਨਾਂ ਨੂੰ ਅਪਾਜ ਕਰੋ। ਇਹ ਸਾਬਤ ਕਰਦਾ ਹੈ। ਮੈਂ ਅੱਜ ਗੱਲ ਲੰਬੀ ਨਾ ਕਰਦਾ ਆਇਆ, ਮੈਂ ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਪੰਜਾਬ ਹਨ, ਉਹਨਾਂ ਦੇ ਸਾਰੇ ਮਿਨਿਸਟਰ ਸਾਹਿਬਾਨ, ਖਾਸ ਤੌਰ 'ਤੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਸਰਦਾਰ ਤਿਪਤਿੰਦਰ ਸਿੰਘ ਬਾਜਵਾ ਸਾਹਿਬ, ਸੁਨੀਲ ਜਾਖੜ ਜੀ ਜਿਹੜੇ ਹਰ ਵਾਰ ਇਹ ਕਹਿੰਦੇ ਨੇ ਕਿ ਅਸੀਂ ਡੇਰਾ ਸਾਧ ਨੂੰ ਕਿਸੇ ਕੀਮਤ 'ਤੇ ਮਾਫ਼ ਨਹੀਂ ਕਰਾਂਗੇ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ। ਮੈਂ ਇਹਨਾਂ ਮੁਖੀਆਂ ਨੂੰ ਔਰ ਖਾਸ ਤੌਰ 'ਤੇ ਮਹਾਰਾਜਾ ਸਾਹਿਬ ਦੇ ਜਿਹੜੇ ਐਡਵਾਈਜ਼ਰ ਹੈਗੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਕੇਸ ਦੁਬਾਰਾ ਖੋਲ੍ਹ ਕੇ SIT ਤੋਂ ਵੀ ਇਸ ਦੀ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਔਰ ਬਾਦਲਾਂ ਨੂੰ ਬਿਲਕੁਲ ਮਾਫ਼ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਅੰਦਰ ਕਰਨਾ ਚਾਹੀਦਾ, ਇਹਨਾਂ 'ਤੇ ਮੁਕੱਦਮੇ ਚਲਾਉਣੇ ਚਾਹੀਦੇ ਹਨ। ਕਿਸੇ ਕਿਸਮ ਦਾ ਲਿਹਾਜ਼ ਜੋ ਹੈ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਮੈਂ ਸਮਝਦਾ ਕਿ 2022 ਦੀਆਂ ਚੋਣਾਂ ਤੋਂ ਜੋ ਹਨ ਉਸ ਨੂੰ ਮਤ ਸਮਝੋ ਕਿ ਦੂਰ ਹਨ, ਉਹ ਸਿਰ 'ਤੇ ਖੜੀਆਂ ਹਨ। ਅਸੀਂ ਜਿਹੜੇ ਵਾਅਦੇ ਪੰਜਾਬ ਦੇ ਸੰਗਤ ਨਾਲ, ਸਿੱਖਾਂ ਨਾਲ, ਲੋਕਾਂ ਨਾਲ ਕੀਤੇ ਅਸੀਂ ਉਹਨਾਂ ਵਾਅਦਿਆਂ ਨੂੰ ਪੂਰਾ ਕਰੀਏ ਔਰ SIT ਦੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬੈਠੀ ਹੈ ਇਹਦੇ ਮੁਖੀ ਬੜੇ ਇਮਾਨਦਾਰ, ਦਿਆਨਤਦਾਰ ਔਰ ਕਾਬਲ ਅਫਸਰ ਹਨ, ਕੰਵਰ ਵਿਜੇ ਪ੍ਰਤਾਪ ਸਿੰਘ, ਇਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਮੰਨਦੇ ਹੋਏ ਇਹਨਾਂ ਦੇ ਉੱਤੇ ਮੁਕੱਦਮੇ ਚਲਾਏ ਜਾਣ। 2012 ਦਾ ਜਿਹੜਾ ਮੁਕੱਦਮਾ ਸਰਕਾਰ ਨੇ ਵਾਪਸ ਲਿਆ ਬਾਦਲ ਸਰਕਾਰ ਨੇ, ਉਸ ਨੂੰ ਇਨਕੁਆਇਰੀ ਕਰਕੇ ਅਤੇ ਦੁਬਾਰਾ ਉਸ 'ਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ। ਮੈਂ ਇਹ ਬੇਨਤੀ ਕਰਦਾ ਹੋਇਆ, ਮੈਂ ਇੱਕ ਪਰਸਨਲ ਰਿਕੁਐਸਟ ਲੈਟਰ ਵੀ ਆਪ ਜੀ ਨੂੰ ਭੇਜ ਰਿਹਾ, ਮੈਨੂੰ ਉਮੀਦ ਹੈ ਕਿ ਆਪ ਉਸ 'ਤੇ ਗੌਰ ਕਰੋਗੇ ਔਰ ਇਹਨਾਂ ਪੰਥ ਦੋਖੀਆਂ ਨੂੰ
कड़ी तो कड़ी सजा दे के सिख कौम के हिरदे और पंजाब के लोगों के हिरदे शांत करोगे। वाहेगुरु जी का खालसा, वाहेगुरु जी की फतह। ब्यूरो रिपोर्ट, सिख न्यूज़ एक्सप्रेस। जेकर तुहानू साडा इह उपराला चंगा लगा है तां इसनू लाइक करो, शेयर करो अते साडे यूट्यूब चैनल नू सबसक्राइब करो।